ਦੀ ਮੰਡੀ ਗੋਬਿੰਦਗੜ੍ਹ ਦੀ ਰਹਿਣ ਵਾਲੀ 19 ਸਾਲ ਦੀ ਜਸਜੀਤ ਕੌਰ ਦੇ ਚਿਹਰੇ ਤੇ ਖੁਸ਼ੀ ਖੁਸ਼ੀ ਜਿੱਤ ਦੀ ਤੇ ਖੁਸ਼ੀ ਮਾਂ ਬਾਪ ਦਾ ਨਾਂ ਤੇ ਆਪਣੇ ਸ਼ਹਿਰ ਦਾ ਨਾਂ ਰੋਸ਼ਨ ਕਰਨ ਦੀ ਤੇ ਖੁਸ਼ੀ ਜਸਜੀਤ ਨੇ ਆਪਣੀ ਮਿਹਨਤ ਦੇ ਨਾਲ ਕਮਾਈ ਹੈ। ਜੀ ਹਾਂ, ਹਾਲ ਹੀ ਦੇ ਵਿੱਚ ਮਲੇਸ਼ੀਆ ਤੇ ਥਾਈਲੈਂਡ ਦੇ ਵਿੱਚ ਆਯੋਜਿਤ ਅੰਤਰਰਾਸ਼ਟਰੀ ਮਾਰਸ਼ਲ ਆਰਟ ਚੈਂਪੀਅਨਸ਼ਿਪ ਦੇ ਵਿੱਚ ਤੀਜਾ ਦਰਜਾ ਹਾਸਲ ਕਰ ਭਾਰਤ ਦੀ ਝੋਲੀ ਕਾਂਸ ਤਮਗਾ ਪਾਇਆ, ਜਿਸ ਤੋਂ ਬਾਅਦ ਮੰਡੀ ਗੋਬਿੰਦਗੜ੍ਹ ਪਹੁੰਚਣ ਤੇ ਢੋਲ ਵਾਜਿਆਂ ਦੇ ਨਾਲ ਜਸਜੀਤ ਕੌਰ ਦਾ ਸ਼ਹਿਰ ਵਾਸੀਆਂ ਨੇ ਤੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਨੇ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ ਜਸਜੀਤ ਨੇ ਕਿਹਾ ਕਿ ਕੰਪੀਟੀਸ਼ਨ ਬਹੁਤ ਜ਼ਿਆਦਾ ਹੋਣ ਕਰਕੇ ਹੁਣ ਖਿਡਾਰੀ ਨਵੇਂ ਨਵੇਂ ਖੇਡਾਂ ਖੇਡਣਾ ਚਾਹੁੰਦੇ ਨੇ, ਪਰ ਪੰਜਾਬ ਦੇ ਵਿੱਚ ਬਹੁਤ ਘੱਟ ਕੁੜੀਆਂ ਹਨ ਜੋ ਇਸ ਗੇਮ ਨੂੰ ਖੇਡਦੀਆਂ ਨੇ ਤੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਓਲੰਪਿਕਸ ਦੇ ਵਿੱਚ ਪਾਰਟਿਸਿਪੇਟ ਕਰਕੇ ਦੇਸ਼ ਦੀ ਝੋਲੀ ਗੋਲਡ ਪਾਉਣਾ ਚਾਹੁੰਦੀ ਹੈ। ਮੈਂ ਮਾਰਸ਼ਲ ਆਰਟ ਕੀ ਗੇਮ ਹੈ, ਪੈਂਚਿਕ ਸੇਲ ਆਰਟ, ਇਹ ਇੰਡੋਨੇਸ਼ੀਆ ਕੀ ਗੇਮ ਹੈ ਔਰ ਇਹ ਇੰਡੀਆ ਮੇਂ ਨਹੀਂ ਹੈ, ਤੋ ਇਸੀ ਵਜ੍ਹਾ ਸੇ ਯਹਾਂ ਪੇ ਕੰਪੀਟੀਸ਼ਨ ਵੀ ਬਹੁਤ ਜ਼ਿਆਦਾ ਕਿਉਂਕਿ ਹਰ ਪਲੇਅਰ ਨਈ ਨਈ ਗੇਮ ਜੁਆਇਨ ਕਰਨਾ ਚਾਹਤਾ ਹੈ ਕਿਉਂਕਿ ਹਮਾਰੀ ਯਹਾਂ ਪੇ ਬਹੁਤ ਕਮ ਲੋਗ ਹੈ ਪੰਜਾਬ ਮੇਂ ਜੋ ਗੇਮਸ ਕਰਤੇ ਹੈ ਔਰ ਲੜਕੀਆਂ ਬਹੁਤ ਕਮ ਕਰਤੀ ਹੈ, ਇਸੀ ਲਈ ਮੈਂ ਇਹ ਚਾਹਤੀ ਥੀ ਕਿ ਮੈਂ ਵੀ ਕੁਛ ਖੇਲੋ ਮੈਂ ਕਰੂੰ ਕਿਉਂਕਿ ਮੇਰੇ ਪਿਤਾ ਕਾ ਸਪਨਾ ਥਾ ਔਰ ਮੈਂ ਅੱਜ ਵੋ ਸਪਨਾ ਪੂਰਾ ਕਰਨਾ ਚਾਹਤੀ ਹੂੰ ਔਰ ਮੈਂ ਆਨੇ ਵਾਲੀ ਓਲੰਪਿਕਸ ਗੇਮ ਮੇਂ ਪਾਰਟੀਸਿਪੇਟ ਕਰਨਾ ਚਾਹਤੀ ਹੂੰ। ਦੇਸ਼ੋ ਕੇ ਹਿਸਾਬ ਸੇ ਦੇਖਾ ਜਾਏ ਤੋ 20 ਦੇਸ਼ ਵਾਂਤ ਪੇ ਆਏ ਥੇ ਔਰ ਕੰਪੀਟੀਸ਼ਨ ਇਤਨਾ ਟਫ ਥਾ ਕਿ ਏਕ ਵੇਟ ਮੇਂ ਦੇਖਾ ਜਾਏ ਤੋ 16-16 ਬੱਚੋਂ ਕੋ ਕੰਪੀਟੀਟ ਕਰਨਾ ਬਹੁਤ ਮੁਸ਼ਕਿਲ ਹੋ ਜਾਤਾ ਹੈ ਔਰ ਇਹ ਸਤਿਗੁਰ ਕੀ ਕਿਰਪਾ ਹੈ ਕਿ ਹਮ ਕਹੀਂ ਨਾ ਕਹੀਂ ਪੋਜੀਸ਼ਨ ਲੈ ਰਹੇ ਹਾਂ। ਅੱਜ ਮੈਨੂੰ ਬਹੁਤ ਜ਼ਿਆਦਾ ਗਰਵ ਮਹਿਸੂਸ ਹੋ ਰਿਹਾ ਕਿ ਮੇਰੀ ਬੇਟੀ ਨੇ ਮੈਨੂੰ ਉਹ ਸੁਪਨਾ ਸਾਕਾਰ ਹੁੰਦਾ ਦਿਸ ਰਿਹਾ ਵੀ ਜੋ ਕਦੇ ਮੈਂ ਸੋਚਿਆ ਵੀ ਨਹੀਂ ਸੀਗਾ ਵੀ ਮੈਂ ਇੱਥੇ ਵੀ ਆਪਣੀ ਬੇਟੀ ਤੋਂ ਇਹ ਉਮੀਦ ਤੋਂ ਵੱਧ ਕੇ ਮੈਨੂੰ ਮਿਲਿਆ। ਮੈਂ ਇਹ ਮੈਸੇਜ ਦੇਣਾ ਚਾਹੁੰਦੀ ਹਾਂ ਵੀ ਸਾਰੇ ਹੀ ਆਪਣੇ ਬੱਚਿਆਂ ਨੂੰ ਸਪੋਰਟ ਕਰੋ, ਜਿਸ ਵੀ ਫੀਲਡ ਵਿੱਚ ਉਹ ਜਾਣਾ ਚਾਹੁੰਦੇ ਨੇ ਸਪੋਰਟਸ ਵਿੱਚ ਜਾਂ ਕਿਸੇ ਵੀ ਫੀਲਡ ਵਿੱਚ ਜਾਂਦੇ ਨੇ ਉਹਨਾਂ ਨੂੰ ਸਪੋਰਟ ਪੂਰੀ, ਜਦੋਂ ਪੇਰੈਂਟਸ ਦੀ ਪੂਰੀ ਸਪੋਰਟ ਹੁੰਦੀ ਹੈ ਤਾਂ ਬੱਚੇ ਅੱਗੇ ਵੱਧ ਪਾਉਂਦੇ ਨੇ। ਉਧਰ ਧੀ ਦੀ ਇਸ ਉਪਲਬਧੀ ਤੇ ਬੋਲਦਿਆਂ ਜਸਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਆਪਣੀ ਧੀ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਜਿਸ ਨੇ ਉਹਨਾਂ ਦਾ ਸੁਪਨਾ ਪੂਰਾ ਕਰਕੇ ਵਿਖਾਇਆ ਤੇ ਨਾਲ ਹੀ ਉਹਨਾਂ ਸਰਕਾਰ ਤੋਂ ਮਦਦ ਦੀ ਵੀ ਅਪੀਲ ਕੀਤੀ ਹੈ ਤਾਂ ਜੋ ਬੱਚੀ ਹੋਰ ਵੀ ਵੱਧ ਚੜ ਕੇ ਦੇਸ਼ ਦਾ ਨਾਂ ਰੋਸ਼ਨ ਕਰ ਸਕੇ। ਇੰਨੀ ਕੁ ਖੁਸ਼ੀ ਹੈ ਵੀ ਸਾਡੀ ਬੱਚੀ ਬਾਰਡਰ ਲੈਵਲ ਤੇ ਕੱਪ ਜਿੱਤ ਕੇ ਆਈ ਹੈ, ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਕਿਉਂਕਿ ਥੱਲੇ ਤੇ ਉੱਪਰ ਤੱਕ ਜਿਹੜਾ ਪੱਜੇ ਉਹਨੂੰ ਪਤਾ ਹੀ ਹੁੰਦਾ ਕਿ ਖੁਸ਼ੀ ਹੈ। ਇਹ ਜਿੱਤ ਜਿਹੜੀ ਹੈ ਨਾ ਇਹ ਇੰਡੀਆ ਸਰਕਾਰ, ਭਾਰਤ ਸਰਕਾਰ, ਪੰਜਾਬ ਸਰਕਾਰ ਦੀ ਔਰ ਫਤਿਹਗੜ੍ਹ ਸਾਹਿਬ ਜਿੱਤ, ਮੰਡੀ ਗੋਬਿੰਦਗੜ੍ਹ ਦੀ ਜਿੱਤ, ਅਕਵਾਲ ਨਗਰ ਦੀ ਜਿੱਤ। ਇਹਦੀ ਸਪੋਰਟ ਦੇ ਵਿੱਚ MLA ਗੁਰਕੀਰਤ ਸਿੰਘ ਨੇ ਵੀ ਲੈਟਰ ਲਿਖਿਆ ਹੋਇਆ ਸਰਕਾਰ ਨੂੰ ਤਾਂ ਕਿ ਉਹਨੂੰ ਫਾਈਨੈਂਸ਼ੀਅਲ ਜੋ ਵੀ ਬਣਦਾ ਇਹਦਾ ਹੱਕ ਹੋਏ। ਸੋ ਸ਼ਹਿਰ ਦੇ ਮੁੱਖ ਚੌਂਕ ਤੋਂ ਘਰ ਤੱਕ ਖਿਡਾਰਨ ਜਸਜੀਤ ਕੌਰ ਨੂੰ ਢੋਲ ਨਗਾੜਿਆਂ ਦੀ ਥਾਪ ਤੇ ਫੁੱਲਾਂ ਦੀਆਂ ਮਾਲਾਵਾਂ ਪਾ ਕੇ ਲਿਜਾਇਆ ਗਿਆ। ਉੱਥੇ ਹੀ ਜਸਜੀਤ ਦੇ ਘਰ ਵੀ ਉਸ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ। ਇਸ ਮੌਕੇ ਸ਼ਹਿਰ ਵਾਸੀਆਂ ਤੋਂ ਮਿਲੇ ਇਸ ਅਥਾਹ ਪਿਆਰ ਨਾਲ ਭਾਵੁਕ ਹੋਈ ਜਸਜੀਤ ਕੌਰ ਨੇ ਹੱਸ ਕੇ ਤੇ ਨਮ ਅੱਖਾਂ ਦੇ ਨਾਲ ਸਾਰਿਆਂ ਦਾ ਧੰਨਵਾਦ ਕੀਤਾ। ਹੁਣ ਲੋੜ ਪੰਜਾਬ ਸਰਕਾਰ ਨੂੰ ਹੈ ਅੱਗੇ ਆ ਕੇ ਅਜਿਹੇ ਹੋਣਹਾਰ ਬੱਚਿਆਂ ਦੀ ਬਾਂਹ ਫੜੇ ਤੇ ਇਹਨਾਂ ਦੀ ਭਰਪੂਰ ਹੌਸਲਾ ਅਫਜ਼ਾਈ ਕਰੇ। ਫਤਿਹਗੜ੍ਹ ਸਾਹਿਬ ਤੋਂ ਰਾਜੇਸ਼ ਸ਼ਰਮਾ ਦੇ ਨਾਲ ਇੰਡੀਆ ਨਿਊਜ਼ ਪੰਜਾਬ।